honourable prime minister sir, namaskar. my name is ashwini. i am a student of kendra vidyalaya no. 2, madurai, tamil nadu. my question to you, sir, is how do i deal with my family disappointment if my results are not good? what if i don't get the marks i'm expecting? being a good student is also not an easy job. expectations of others become so high that the person who's giving exam gets so much stressed, and they go into depression. Nowadays, it is common for students to cut their hands and become irritated, and there is no one they could trust with their feelings. Kindly guide me on this. Thank you, sir. Dhanyavat Ashwini, Honorable Prime Minister, sir. Naftish Dagur hails from the heart of India's capital, Delhi, the imperial seat of several empires with his charming blend of a grand medieval history and amazing architectural style. Navtej is seated in the hall and wishes to discuss an identical issue through his question. Navtej, please ask your question. Good morning, Honorable Prime Minister, sir. I am Navtej Jagur of Kendra Vidyalaya, Pitampura, Delhi region. Sir, my question to you is, how do I deal with my family's situation

नमस्ते माननीय प्रधानमंत्री जी मेरा नाम प्रियंका कुमारी है मैं रवीन बालिका प्लस टू विद्यालय से राजेंद्र नगर पटना से ग्यारहवीं की छात्रा हूँ मेरा प्रश्न यह है कि मेरे परिवार में सब अच्छे नंबर से पास हुए हैं मुझे भी अच्छा नंबर लाना है इसके लिए मैं तनाव में चली गई हूँ इसके लिए आप मुझे मार्गदर्शन दें धन्यवाद धन्यवाद प्रियंका माननीय प्रधानमंत्री जी अश्विनी नव एवं प्रियंका यह महसूस करते हैं कि यह महत्वपूर्ण मुद्दा कई छात्रों को प्रभावित करता है और इसे हल करने के लिए आपका मार्गदर्शन चाहते हैं। अश्विनी तुम क्रिकेट खेल दिया हो क्रिकेट चु... गुगली बॉल होंगी है ਨਿਸ਼ਾਨਾ ਇੱਕ ਹੁੰਦਾ ਦਿਸ਼ਾ ਦੂਜੰਦੀ ਹੈ ਮੈਨੂੰ ਲੱਗਦਾ ਹੈ ਜੇ ਤੁਸੀਂ ਪਹਿਲੀ ਗੇ ਬਾਲ 'ਚ ਮਿੱਗੀ ਆਊਟ ਕਰਨਾ ਚਾਹੁੰਦੀ ਹੋ ਜੇਕਰ ਪਰਿਵਾਰ ਦੇ ਲੋਕਾਂ ਦੀਆਂ ਤੁੰਦੇਸ਼ਾਂ ਮੇਦਾ ਮਤੀਆਂ ਹੋਣ ਤਾਂ ਬੜਾ ਮਤਾ ਸੁਭਾਵਿਕ ਹੈ ਤੇ ਇਹਦੇ 'ਚ ਕਿਛ ਗਲਤ ਵੀ ਨਹੀਂ ਹੈ ਪਰ ਜੇਕਰ ਪਰਿਵਾਰ ਦੇ ਲੋਕ ਮੇਦਾ ਸਮਾਜੀ ਸਥਿਤੀ ਦੇ ਕਾਰਨ ਕਰਾ ਕਰਦੇ ਨੇ ਤਾਂ ਉਹ ਚਿੰਤਾ ਦਾ ਵਿਸ਼ੇ ਹੈ ਉਹਨਾਂ ਦੀ ਸਮਾਜੀ ਦਰਜੇ ਦਾ ਉਹਨਾਂ ਦੇ ਪਰ ਇੰਨਾ ਦਬਾਅ ਹੁੰਦਾ ਹੈ ਉਹਤੇ ਮਨਾਂ ਪਰ ਇੰਨਾ ਅਸਰ ਹੁੰਦਾ ਹੈ ਜਿਉਂਨੇ ਕੀ ਲੱਗਦਾ ਹੈ ਜੇ ਜਿਸ ਨੇ ਸਮਾਜ ਚ ਜਾਗੇ ਤਾਂ ਬੱਚੇ ਵਾਸਤੇ ਕੀ ਦੱਸਗੇ ਜੇਕਰ ਬੱਚੇ ਕਮਜ਼ੋਰ ਨਾ ਤਾਂ ਕੀਆਂ ਉਹਦੇ ਸਾਹਮਣੇ ਚਰਚਾ ਕਰਗੇ ਤਿੱ ਕਦੇ ਕਦੇ ਮਾਤਾ ਪਿਤਾ ਵੀ ਤੁੰਦੀ ਸਮਰਥਗੀ ਜਾਣਨ ਦੇ ਬਾਵਜੂਦ ਵੀ ਆਪਣੇ ਸਮਾਜੀ ਦਰਜੇ ਦੇ ਕਾਰਨ ਆਪਣੇ ਆਲੇ ਦੁਆਲੇ ਦੇ ਸਾਥੀਏ ਦੋਸਤਾਂ ਕਲਬਾਂ 'ਚ ਜਾਂਦੇ ਨ ਸੋਸਾਇਟੀ 'ਚ ਜਾਂਦੇ ਨ ਕਦੇ ਤਲਾਪ ਰਟਲੇ ਤੋਂ ਜੰਦ ਦੇ ਨ ਬੰਦੇ ਗੱਲਾਂ ਕਰਦੇ ਨ ਬੱਚਿਆਂ ਦੀਆਂ ਗੱਲਾਂ ਚੱਲਦੀਆਂ ਨ ਪੀਉ ਨੇ ਕੀ ਕਿ ਇੰਤਾਦੀ ਭਾਵ ਨਾਉਂਦੀ ਕਿ ਇਸ ਕਰੀਏ ਬਾਰ ਵੱਡੀ ਵੱਡੀ ਗੱਲਾਂ ਦੱਸ ਦਿੰਦੇ ਨ ਆਪਣੇ ਬੱਚੇ ਆਸਤੇ ਤੇ ਫੀ ਬੱਲੇ ਬੱਲੇ ਉਹ ਇਹਨੇ ਕੀ ਆਤਮ ਸਾਥ ਕਰੀ ਲੈਂਦੇ ਨ ਤੇ ਪੀ ਕਰਾਚਾ ਇਹ ਵੀ ਉਵੇ ਮਿੱਦਾਂ ਰੱਖ ਦੇਣਾ ਤੇ ਸਮਾਜੀ ਜੀਵਨ ਚ ਇਹ ਸਹਿਜ ਸੁਭਾਅ ਬਣ ਕੇ ਤੈ ਦੁਆ ਤੁਸ ਖਰਾ ਕਰਕੇ ਤਾਂ ਵੀ ਹਰ ਕੋਈ ਤੁੰਦੇ ਸ਼ਾ ਨਮੀ ਮੇਦਾਂ ਕਰੋਗਾ ਆਸਤੇ ਰਾਜਨੀਤੀ ਚ ਅਸ ਕਿੰਨੇ ਗੇ ਚੁਨਾਵ ਕੀ ਨਹੀਂ ਜਿੱਤੀ ਲਾਚੇ ਪਰ ਐਸਾ ਦਬਾਅ ਪੈਦਾ ਕੀਤਾ ਜਾਂਦਾ ਜੇ ਆਰਨਾਗੇ ਨਹੀਂ ਹੈ 200 ਆਂ ਦਿਨ ਤਾਂ ਬੋਲਦੇ ਨੇ 250 ਕੀ ਨਹੀਂ ਆਂਦੇ 250 ਆਂਦੇ ਤਾਂ ਬੋਲਦੇ ਨੇ 300 ਕੀ ਨਹੀਂ ਆਂਦੇ 300 ਆਂਚੇ ਤਾਂ 350 ਕੀ ਨਹੀਂ ਆਣੇ ਚਤਰਫਾ ਦਬਾਅ ਬਣਾਇਆ ਜਾਂਦਾ ਹੈ ਪਰ ਕੀ ਅਸेंगी ਇਹਨੇ ਦਬਾਬੇ ਇੱਥੇ ਦਬੋਣਾ ਚਾਹੀਦਾ ਇੱਕ ਸਕਿੰਟ ਸੋਚੋ ਜਿਤ ਤੁਸੀਂਗੀ ਜੋ ਕਿ ਦਿਨ ਪਰ ਆਖਿਆ ਜਾਂਦਾ ਹੈ ਚਤਰਫਾ ਜਿਹੜਾ ਸੁਨਿਆ ਜਾਂਦਾ ਹੈ ਉਹਦੀ ਜਗ੍ਹਾ ਆਪਣਾ ਸਮੇਂ ਬਰਬਾਦ ਕਰਕੇ ਜਾਂ ਤੂੰ ਸ ਆਪਣੇ ਅੰਦਰ ਦੇਖਗੇ ਆਪਣੀ ਸਮਰਥ ਆਪਣੀ ਤਰਜੀਹ ਆਪਣੀ ਲੋੜ ਆਪਣੇ ਇਰਾਦੇbind ਹਰ ਮੇਦਗੀ ਉਹਦੇ ਕੰਨਿਆ ਜੋੜੋ ਤੂੰ ਸਕਦੇ ক্রিকেট ਮੈਚ ਦਿਖਣਗੇ ਹੋਗੇ ਤਾਂ ਤੁਸੇ ਦਿਖਿਆ ਹੋਗਾ ਜਿਕੇਸ਼ ਬੱਲੇਬਾਜ਼ ਖੇਡਣ ਲਈ ਆਉਂਦੇ ਨਾ ਤਾਂ ਪੂਰਾ ਸਟੇਡੀਅਮ ਹਜ਼ਾਰਾਂ ਲੋਕ ਹੁੰਦੇ ਨੇ ਸਟੇਡੀਅਮ ਚ और रौली पाना शुरू करी दें छक् छक्का 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 सिक्सर क्या वह दर्शकें की मंग पर चौके छक्के छे लगा क्या ऐसा करता है कोई खड़ारी रौला पे रिगला पान ध्यान उस गेंद पर गया हो ਜਿਹੜੀ ਆਵਾਜ਼ ਕਰਦੀ ਹੈ ਉਸ ਗੇਂਦਬਾਦ ਦੇ ਦਿਮਾਗ ਦੀ ਪੜਨੇ ਦੀ ਕੋਸ਼ਿਸ਼ ਕਰਦਾ ਹੈ ਟਿੱਚ ਨਹੀਂ ਗੇਂਦ ਹੈ ਨਿਆਗਾ ਖੇਡਦਾ ਹੈ ਨਾ ਕਿ ਦਰਸ਼ਕਾਂ ਦੀ ਸੁਣਦਾ ਹੈ ਕੇਂਦ੍ਰਿਤ ਰਹੁੰਦਾ ਹੈ ਜੇਕਰ ਤੂੰ ਉਸ ਵੀ ਆਪਣੀ ਗਤੀਵਿਧੀ ਪਰ ਕੇਂਦ੍ਰਿਤ ਰਹੰਦੀ ਹੋ ਤਾਂ ਇਹ ਲੋਕ ਜਿਹੜਾ ਕਿਛ ਵੀ ਦਬਾਅ ਬੰਦਾ ਹੈ ਮੀਦਾਂ ਬੰਦੀਆਂ ਨਾ ਕਦੇ ਨਾ ਕਦੇ ਤੂੰ ਉਸ ਦੀ ਮਟਾਈ ਦੇਗੇ ਤੁਸ ਉਸ ਸੰਕਟ ਚਾ ਬਾਹਰ ਆਈ ਜਾਗੇ ਤੇ ਇਸ ਕਰੀਏ ਮੇਰੀ ਤੁੰਦੇ ਸ਼ਾ ਗੁਜ਼ਾਰਿਸ਼ ਹੋਗ ਜੇ ਤੁਸ ਦਬਾਏ ਏਠ ਨਹੀਂ ਰਵੋ ਹਾਂ ਕਦੇ ਕਦੇ ਦਬਾਏ ਦਾ ਆਕਲਨ ਕਰੋ ਕੋਤੇ ਐਸਾ ਤੇ ਨਹੀਂ ਹੈ ਜੇ ਤੁਸ ਆਪਣੇ ਸਰਬੰਧਾ ਚ ਘਾਟਾਂਕਾ ਕਰਦੇ ਹੋ ਤੁੰਦੇ ਅੰਦਰ ਸਮਰਥ ਬੜੀ ਹੈ ਪਰ ਤੁਸ ਆਪੂਗੇ ਇੰਨੀ ਬਖਰੀ ਸੋਚਦੇ ਹੋ ਜੇ ਕਿਸ ਨਮਾ ਕਰਨੇ ਵਾਸਤੇ ਸੋਚਦੇਗਾ ਨਹੀਂ ਕਦੇ-ਕਦੇ ਉਮੀਦਾਂ ਬੜੀ ਵੱਡੀ ਤਾਕਤ ਵੀ ਬਣ ਜਾਂਦੀਆਂ ਬੜੀ ਊਰਜਾਤ ਹੋ ਜਾਂਦੀ ਹੈ ਤੇ ਇਸ ਕਰੀਏ ਉਮੀਦਾਂ ਮਾਤਾ-ਪਿਤਾ ਨੇ ਕੀ ਕਰਨਾ ਇਹ ਮੈਂ ਪਹਿਲੇ ਕਿ ਆਖਿਆ ਸਮਾਜੀ ਦਬਾਅ ਚ ਮਾਤਾ-ਪਿਤਾ ਕੀ ਬੱਚੇ ਉਪਰ ਦਬਾਅ ਨਹੀਂ ਪਾਣਾ ਚਾਹੀਦਾ ਪਰ ਬੱਚੇ ਵੀ ਆਪਣੀ ਸਮਰਥ ਕੋਲਾ ਕੱਟ ਆਪਣੇ ਆਪਾਂ ਕੀ ਨਹੀਂ ਸਮਝਣਾ ਚਾਹੀਦਾ ਤੇ 다운 ਨੇ ਚੀਜ਼ਾਂ ਕੀ ਬਲ ਦੇਗੇ ਤਮੇ ਕੀ ਪੱਕਾ ਵਿਸ਼ਵਾਸ ਹੈ ਜੇ ਤੂੰ ਸੇ ایسی ਸਮੱਸਿਆਵਾਂ ਕੀ ਬੜੇ ਆਰਾਮ ਕਰਨਿਆਲ ਕਰੀ ਲਗੇ